ਪੰਜਾਬ ਪੁਲਿਸ ਦੀ ਇੱਕ ਵੱਡੀ ਚਲਾਕੀ। ਲਾਰੈਂਸ ਬਿਸ਼ਨੋਏ ਇੰਟਰਵਿਊ ਮਾਮਲੇ 'ਚ ਆਇਆ ਇੱਕ ਹੋਰ ਨਵਾਂ ਮੋੜ। ਕੀ ਪੰਜਾਬ ਪੁਲਿਸ ਕਰ ਰਹੀ ਹੈ ਅਦਾਲਤ ਨੂੰ ਵੀ ਗੁੰਮਰਾਹ? ਕੀ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਉਣ ਦੇ ਲਈ ਚੱਲੀ ਜਾ ਰਹੀ ਹੈ ਚਾਲ? ਪੰਜਾਬ ਪੁਲਿਸ ਦੇ ਇਸ ਐਕਸ਼ਨ 'ਤੇ ਉੱਠ ਗਏ ਨੇ ਵੱਡੇ ਸਵਾਲ। ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ, ਲਗਾਤਾਰ ਇਸ ਦੇ ਉੱਤੇ ਨਜ਼ਰ ਬਣੀ ਹੋਈ ਸੀ ਕਿ ਇਸ ਮਸਲੇ ਦੇ ਵਿੱਚ ਕੀ ਉਹਨਾਂ ਦੋਸ਼ੀ ਪੁਲਿਸ ਅਫਸਰਾਂ ਨੇ ਜਿਨ੍ਹਾਂ ਨੇ ਆਪ ਸਾਰੀਆਂ ਸਹੂਲਤਾਂ ਦਿੱਤੀਆਂ ਇੰਟਰਵਿਊ ਨੇਪਰੇ ਚਾੜਨ ਦੇ ਲਈ, ਕੀ ਉਹ ਟੰਗੇ ਜਾਣਗੇ? ਕੀ ਉਹਨਾਂ ਦੇ ਖਿਲਾਫ਼ ਕਾਰਵਾਈ ਹੋਵੇਗੀ? ਇੱਕ ਪਾਸੇ ਤਾਂ ਹਾਈ ਕੋਰਟ ਦੇ ਵਿੱਚ ਬੀਤੇ ਦਿਨ ਹੋਈ ਸੁਣਵਾਈ ਦੇ ਵਿੱਚ ਬਕਾਇਦਾ ਪੰਜਾਬ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ, ਹਾਈ ਕੋਰਟ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਹਾਂ 10 ਪੁਲਿਸ ਅਫਸਰ ਨੇ ਸੰਤਰੀ ਤੋਂ ਲੈ ਕੇ SSP ਰੈਂਕ ਤੱਕ ਦੇ ਅਧਿਕਾਰੀ, ਉਹਨਾਂ ਦੇ ਖਿਲਾਫ਼ ਅਸੀਂ ਥੋੜ੍ਹੇ ਹੀ ਦਿਨਾਂ ਦੇ ਵਿੱਚ ਕਾਰਵਾਈ ਕਰਾਂਗੇ। ਪਰ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ ਗਈ ਜ਼ਿਲ੍ਹਾ ਅਦਾਲਤ ਦੇ ਵਿੱਚ। ਕਿਸ ਦੇ ਵੱਲੋਂ? ਪੰਜਾਬ ਪੁਲਿਸ ਦੇ ਵੱਲੋਂ। ਉਸ ਦੇ ਵਿੱਚ ਕੀ ਆਇਆ? ਹੁਣ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਅਤੇ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵੱਡੇ ਸਵਾਲ ਖੜ੍ਹੇ ਕੀਤੇ ਨੇ। ਇੱਥੋਂ ਤੱਕ ਕਹਿ ਦਿੱਤਾ ਹੈ ਕਿ ਕੀ ਪੰਜਾਬ ਸਰਕਾਰ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਅਤੇ ਉਸ ਦੇ ਕਰਵਾਉਣ ਵਾਲੇ ਇੰਟਰਵਿਊ ਵਾਲੇ ਅਧਿਕਾਰੀਆਂ ਨੂੰ ਬਚਾਉਣਾ ਚਾਹੁੰਦੀ ਹੈ? ਲਾਰੈਂਸ ਬਿਸ਼ਨੋਈ ਕੀ ਸਰਕਾਰ ਤੋਂ ਵੱਡਾ ਹੋ ਗਿਆ? ਕੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਸ ਤਰ੍ਹਾਂ ਦੇ ਸਵਾਲ ਉੱਠੇ ਨੇ ਅਤੇ ਹੁਣ ਅਸੀਂ ਤੁਹਾਡੇ ਨਾਲ ਇੱਕ ਇੱਕ ਕਰਕੇ ਪਹਿਲੂ ਸਾਂਝੇ ਕਰਾਂਗੇ ਕਿ ਕਿੱਥੇ ਕਿੱਥੇ ਕੀ ਚਲਾਕੀ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਤਾਂ ਬੀਤੇ ਦਿਨ ਦੀ ਕਾਰਵਾਈ ਦੀ ਗੱਲ ਕਰੀਏ, ਜਿਸ ਦੇ ਵਿੱਚ ਪੰਜਾਬ ਪੁਲਿਸ ਨੇ ਭਰੋਸਾ ਦਵਾਇਆ ਮਾਣਯੋਗ ਹਾਈ ਕੋਰਟ ਨੂੰ ਕਿ ਅਸੀਂ 10 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਕਰਾਂਗੇ। ਔਰ ਪਹਿਲਾਂ ਵੀ 3 ਤੋਂ 4 ਵੱਡੇ ਪੁਲਿਸ ਅਫਸਰਾਂ ਨੂੰ ਸ਼ੋਅ ਕੌਜ਼ ਨੋਟਿਸ ਭੇਜ ਚੁੱਕੇ ਹਾਂ ਕਿ ਉਹ ਆਪਣਾ ਪੱਖ ਰੱਖਣ। ਹਾਲਾਂਕਿ ਇਸ ਦੇ ਵਿੱਚ ਪੱਖ ਰੱਖਣ ਵਾਲੀ ਕੋਈ ਗੱਲ ਹੀ ਨਹੀਂ ਹੈ, ਸਾਫ਼ ਨਜ਼ਰ ਆ ਰਿਹਾ, ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ ਕਿਹਾ ਕਿ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ, ਪਰ ਹਾਈ ਕੋਰਟ ਨੇ ਦਖਲ ਦਿੱਤਾ ਔਰ ਕਿਹਾ ਕਿ ਇੱਕ ਸੀਨੀਅਰ IPS ਅਧਿਕਾਰੀ ਦੇ ਅਗਵਾਈ ਦੇ ਵਿੱਚ ਸਿੱਟ ਬਣਨੀ ਚਾਹੀਦੀ ਹੈ। ਤਾਂ IPS ਪ੍ਰਬੋਧ ਕੁਮਾਰ ਨੇ ਜਿਹੜੇ ਉਹਨਾਂ ਦੀ ਸਿੱਟ ਬਣਦੀ ਹੈ, ਉਹਨਾਂ ਨੇ ਰਿਪੋਰਟ ਤਿਆਰ ਕੀਤੀ, 10 ਅਕਤੂਬਰ ਤੱਕ ਸਾਰੀ ਨੇਪਰੇ ਚਾੜ ਲਈ ਔਰ ਉਸ ਵਿੱਚ ਪਾਇਆ ਗਿਆ ਕਿ 10 ਪੁਲਿਸ ਅਧਿਕਾਰੀ ਹੈ ਜਿਹੜੇ ਹੇਠਲੇ ਤੋਂ ਲੈ ਕੇ ਉੱਪਰ ਤੱਕ SSP ਰੈਂਕ ਤੱਕ ਦੇ ਅਧਿਕਾਰੀ, ਜਿਸ ਵਿੱਚ ਉਸ ਵੇਲੇ ਤਤਕਾਲੀ SSP ਵਿਵੇਕਸ਼ੀਲ ਸੋਨੀ ਸਨ, ਜਿਸ ਦੇ ਵਿੱਚ ਇੱਕ SP ਰੈਂਕ ਦਾ ਅਧਿਕਾਰੀ ਸੀ, ਇੱਕ DSP ਰੈਂਕ ਦਾ ਅਧਿਕਾਰੀ ਸੀ ਅਤੇ ਹੋਰ ਕੌਣ ਕੌਣ ਸੀ, ਇਹ ਸਾਰੇ ਸ਼ਾਮਿਲ। ਖਾਸ ਕਰਕੇ CIA ਖਰੜ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਇੰਚਾਰਜ ਲਾਇਆ ਹੋਇਆ ਸੀ, ਉਹ ਵੀ ਕਦੋਂ ਇੰਚਾਰਜ, ਉਸਨੂੰ ਸੇਵਾ ਮੁਕਤੀ ਤੋਂ ਬਾਅਦ ਵੀ CIA ਦਾ ਇੰਚਾਰਜ ਲਾਈ ਰੱਖਿਆ, ਇਸ ਗੱਲ ਦੀ ਵੀ ਚਰਚਾ ਹੋਈ। ਹਾਈ ਕੋਰਟ ਨੇ ਪੁੱਛਿਆ ਕਿ ਇਸ ਤਰ੍ਹਾਂ ਕਿਉਂ, ਕੌਣ ਮਿਹਰਬਾਨ ਸੀ ਇਹਨਾਂ ਅਫਸਰਾਂ ਦੇ ਉੱਤੇ? ਇਹ ਸਾਰੀਆਂ ਗੱਲਾਂ ਤਾਂ ਚਰਚਾ ਦਾ ਵਿਸ਼ਾ ਰਹੀਆਂ ਔਰ ਇਹ ਵੀ ਕਿਹਾ ਗਿਆ ਕਿ ਹਾਂ ਹੁਣ ਉਹਨਾਂ ਅਫਸਰਾਂ ਦੇ ਖਿਲਾਫ਼ ਐਕਸ਼ਨ ਹੋਵੇਗਾ ਵੱਡਾ, ਕੀ ਉਹ ਡਿਸਮਿਸ ਹੋ ਜਾਣਗੇ ਜਾਂ ਸਸਪੈਂਡ ਹੋ ਜਾਣਗੇ। ਪਰ ਇੱਥੇ ਇੱਕ ਵੱਡੀ ਗੱਲ ਸਾਹਮਣੇ ਨਿਕਲ ਕੇ ਆਈ ਜੋ ਕਿ ਇੱਕ ਕਾਪੀ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾ ਰਹੀ ਹੈ, ਜਿਸ ਦੇ ਵਿੱਚ ਜ਼ਿਲ੍ਹਾ ਸੈਸ਼ਨ ਜਿਹੜੀ ਅਦਾਲਤ ਦੇ ਵਿੱਚ, ਜ਼ਿਲ੍ਹਾ ਅਦਾਲਤ ਦੇ ਵਿੱਚ ਇਸ ਮਸਲੇ ਦੇ ਵਿੱਚ ਇਹ ਪਾਇਆ ਗਿਆ ਕਿ ਜਿਹੜਾ ਕੰਪਲੇਨੈਂਟ ਸੀ ਉਸ ਦਾ ਇੰਸਪੈਕਟਰ ਹਰਦੀਪ ਸਿੰਘ, FIR ਨੰਬਰ 109 ਜਿਹੜੀ ਦਰਜ ਹੋਈ ਹੈ ਉਸ ਨੂੰ ਲੈ ਕੇ ਉਸਦੀ ਸਟੇਟਮੈਂਟ ਆਉਂਦੀ ਹੈ ਕਿ ਜਿਹੜੀ ਇੱਕ FIR ਨੰਬਰ 1 ਹੈ 5/1/2024 ਨੂੰ ਦਰਜ ਹੋਈ ਸੀ, ਜਿਸ ਦੇ ਵਿੱਚ ਧਰਾਵਾਂ ਲਗਾਈਆਂ ਗਈਆਂ ਸੀ 384, 201, 202, 116, 120B IPC ਦੀ ਅਤੇ 52A ਜਿਹੜਾ ਕਿ ਦਾ ਪ੍ਰੀਜ਼ਨ ਐਕਟ 211 ਉਸ ਨੂੰ ਲੈ ਕੇ ਜਿਹੜੀ ਧਾਰਾਂ ਲੱਗੀਆਂ ਸੀ ਉਹਨਾਂ ਸਾਰਿਆਂ ਨੂੰ ਕੈਂਸਲ ਕਰਵਾਉਣ ਦੀ ਇੱਕ ਫਾਈਲ ਕਰ ਦਿੱਤੀ ਜਾਂਦੀ ਹੈ, ਜਿਸ ਨੂੰ ਲੈ ਕੇ ਸਾਨੂੰ ਪਤਾ ਲੱਗਿਆ ਕਿ ਅੱਜ ਵੀ ਹਾਈ ਕੋਰਟ ਦੇ ਵਿੱਚ ਜੱਜ ਅਨੁਪਿੰਦਰ ਸਿੰਘ ਦੇ ਵੱਲੋਂ IPS ਅਧਿਕਾਰੀ ਨੂੰ ਪੁੱਛਿਆ ਗਿਆ, ਪ੍ਰਬੋਧ ਕੁਮਾਰ ਨੂੰ ਪੁੱਛਿਆ ਗਿਆ ਕਿ ਕਿਵੇਂ ਫਾਈਲ ਕੈਂਸਲੇਸ਼ਨ ਦੀ ਪਾਈ ਜਾ ਸਕਦੀ ਹੈ, ਐਡਾ ਵੱਡਾ ਸੀਰੀਅਸ ਕੇਸ ਹੈ, ਹੁਣ ਇਸ ਦੀ ਅਗਲੀ ਸੁਣਵਾਈ ਵੀ ਹੋਣੀ ਹੈ।
ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਹੁਣ ਹਾਈ ਕੋਰਟ ਦੇ ਵਿੱਚ ਅਗਲੀ ਵਾਰੀ ਵੀ ਸੁਣਵਾਈ ਹੋਣੀ ਹੈ, ਪਰ ਉਦੋਂ ਤੱਕ ਕਿਹਾ ਗਿਆ ਕਿ ਅਸੀਂ ਐਕਸ਼ਨ ਕਰਾਂਗੇ। ਹੁਣ IPC ਦੀ ਜਿਹੜੀ ਧਾਰਾ ਹੈ 506 ਸਿਰਫ ਤੇ ਸਿਰਫ ਉਹ ਰੱਖੀ ਜਾਣ ਦੀ ਗੱਲ ਆਖੀ ਜਾ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਸਿੱਟ ਜਿਹੜੀ ਬਣੀ ਹੈ ਜਿਸ ਦੇ ਵਿੱਚ ਗੰਭੀਰ ਧਾਰਾਵਾਂ ਲੱਗੀਆਂ ਸੀ, ਉਹ ਪੁਲਿਸ ਅਫਸਰ ਟੰਗੇ ਜਾਣੇ ਸਨ ਜਿਨ੍ਹਾਂ ਦੇ ਖਿਲਾਫ਼ ਕਾਰਵਾਈ ਹੋਣੀ ਸੀ, ਉਹਨਾਂ ਨੂੰ ਹੁਣ ਇੱਥੇ ਬਚਾਉਣ ਦੀ ਵੱਡੀ ਕੋਸ਼ਿਸ਼ ਹੋ ਰਹੀ ਹੈ। ਇਸ ਦੇ ਬਾਰੇ ਜੋ ਸਵਾਲ ਚੁੱਕੇ ਗਏ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ, ਬਿਕਰਮ ਸਿੰਘ ਮਜੀਠੀਆ ਵੱਲੋਂ, ਇੱਕ ਇੱਕ ਕਰਕੇ ਇਸ ਦੇ ਬਾਰੇ ਦੱਸਾਂਗੇ ਕਿ ਕਿਵੇਂ ਕੀ 506 ਧਾਰਾ ਲੱਗੀ ਰਹਿਣ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਇਸ ਦੇ ਉੱਤੇ ਕੋਈ ਫਰਦਰ ਕੋਈ ਵੱਡੀ ਸਖਤ ਕਾਰਵਾਈ ਨਾ ਹੋਵੇ, ਜਿਹੜੀਆਂ ਸਖਤ ਧਾਰਾਵਾਂ ਨੇ ਉਹ ਹਟਾ ਦਿੱਤੀਆਂ ਜਾਣ। ਕੀ ਇੱਥੇ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ? ਇੱਕ ਪਾਸੇ ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਅਸੀਂ ਐਕਸ਼ਨ ਲਵਾਂਗੇ, ਦੂਜੇ ਪਾਸੇ ਕੈਂਸਲੇਸ਼ਨ ਦੀ ਰਿਪੋਰਟ ਫਾਈਲ ਕਰ ਦਿੱਤੀ ਜਾਂਦੀ ਹੈ ਜ਼ਿਲ੍ਹਾ ਅਦਾਲਤ ਦੇ ਵਿੱਚ। ਤਾਂ ਇਹ ਦੋਹਰਾ ਜਿਹੜਾ ਕਿਰਦਾਰ ਹੈ ਕਿਸ ਤਰ੍ਹਾਂ ਦਾ ਪੁਲਿਸ ਦਾ ਦੇਖਣ ਨੂੰ ਮਿਲ ਰਿਹਾ, ਇਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਇਸ ਕਰਕੇ ਕਰ ਰਹੇ ਹਾਂ ਕਿ ਕੀ ਪੰਜਾਬ ਪੁਲਿਸ ਦੋਹਰੇ ਮਾਪਦੰਡ ਦੇ ਉੱਤੇ ਚੱਲ ਰਹੀ ਹੈ? ਇਸ਼ਾਰਾ ਕੌਣ ਕਰ ਰਿਹਾ? ਹਾਲਾਂਕਿ ਪੰਜਾਬ ਸਰਕਾਰ ਦੇ ਉੱਤੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ, ਕਿਉਂਕਿ ਹੋਮ ਮਿਨਿਸਟਰੀ ਵੀ ਉਹਨਾਂ ਦੇ ਕੋਲ ਹੈ, ਇਸ ਕਰਕੇ ਸਵਾਲ ਵਿਰੋਧੀਆਂ ਨੇ ਉਹਨਾਂ ਉੱਤੇ ਖੜੇ ਕੀਤੇ ਨੇ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੀ ਕਹਿ ਰਹੇ ਨੇ, ਪਹਿਲਾਂ ਉਹ ਤੁਹਾਨੂੰ ਸੁਣਾ ਦਿੰਦੇ ਹਾਂ, ਉਸ ਤੋਂ ਬਾਅਦ ਦੱਸਾਂਗੇ ਕਿ ਇਸ ਬਾਰੇ ਹੋਰ ਕੌਣ ਕੀ ਬੋਲਿਆ। ਲੋਰੈਂਸ ਬਿਸ਼ਨੋਈ ਨੂੰ ਕਿਸ ਤਰੀਕੇ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਖਾਸ ਤੌਰ 'ਤੇ ਪੰਜਾਬ ਦੇ ਚੀਫ ਮਿਨਿਸਟਰ, ਜਿਹੜੇ ਹੋਮ ਮਿਨਿਸਟਰ ਵੀ ਹੈ, ਜੇਲ੍ਹ ਮਿਨਿਸਟਰ ਵੀ ਰਹੇ ਹੈ, ਭਗਵੰਤ ਮਾਨ, ਉਹਦੀ ਮਦਦ ਕਰ ਰਿਹਾ, ਉਹ ਇਸ ਗੱਲ ਤੋਂ ਸਾਫ਼ ਹੈ ਕਿ ਆਹ ਕੈਂਸਲੇਸ਼ਨ ਰਿਪੋਰਟ ਹੈ ਜੀ ਉਸ ਕੇਸ 'ਚ, ਔਰ ਸਾਰੀ ਉਹਦੇ ਹੱਕ ਦੀ ਗੱਲ ਕਰਦਿਆਂ ਹੋਇਆ ਜਿਹੜੀ ਇੰਟਰਵਿਊ ਹੋਈ ਸੀ ਜੇਲ੍ਹ 'ਚੋਂ, ਉਸ ਇੰਟਰਵਿਊ 'ਚ ਜਿਹੜੀ ਪੁਲਿਸ ਕਸਟਡੀ 'ਚ ਇੰਟਰਵਿਊ ਹੋਈ ਸੀ, ਬੜੀ ਵੱਡੀ ਇਨਕੁਆਇਰੀ ਹੋਈ, ਸੂ ਮੋਟੋ ਨੋਟਿਸ ਹਾਈ ਕੋਰਟ ਨੇ ਲਿਆ, ਔਰ ਉਸ ਕੇਸ 'ਚ ਕੱਲ੍ਹ ਕੈਂਸਲੇਸ਼ਨ ਰਿਪੋਰਟ ਪਾ ਦਿੱਤੀ ਗਈ ਹੈ, ਅਨਟਰੇਸਡ ਰਿਪੋਰਟ ਪਾ ਦਿੱਤੀ ਗਈ। ਔਰ ਕਮਾਲ ਦੀ ਗੱਲ ਇਹ ਹੈ ਕਿ ਲੋਰੈਂਸ ਬਿਸ਼ਨੋਈ ਦਾ ਸਿੱਕਾ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਿਸ ਤਰੀਕੇ ਦਾ ਚੱਲਦਾ ਹੈ ਕਿ ਜਿਹੜੇ ਬੰਦੇ ਨੇ ਸਿੱਧੂ ਮੂਸੇਵਾਲੇ ਦਾ ਕਤਲ ਜੇਲ੍ਹ 'ਚੋਂ ਬੈਠਿਆ ਕਰਤਾ ਹੋਵੇ, ਜਿਸ ਬੰਦੇ ਨੇ ਸਲਮਾਨ ਖਾਨ ਨੂੰ ਮਾਰਨ ਦੀ ਇਹ ਧੱਈਆ ਕੀਤਾ ਔਰ ਉੱਥੇ ਇੱਕ ਨਹੀਂ ਕਈ ਜਾਨਲੇਵਾ ਹਮਲੇ ਕਰਤੇ ਆ, ਜਿਹਨੇ ਕੁਛ ਦਿਨ ਪਹਿਲਾਂ ਬਾਬਾ ਸਿੱਦਕੀ ਦੇ ਕੇਸ 'ਚ ਉਹਨੂੰ ਉਹਦਾ ਕੇਸ ਸਾਹਮਣੇ ਆਇਆ ਜਿਹ 'ਚ ਉਹਨੂੰ ਕਤਲ ਕਰਤਾ ਗਿਆ ਔਰ ਇਹ ਕਿਹਾ ਗਿਆ ਕਿ ਤੇਰੇ ਮੁੰਡੇ ਨੂੰ ਵੀ ਮਾਰਾਂਗੇ, ਕਈ ਹੋਰ ਅਣਗਿਣਤ ਫਰੌਤੀਆਂ ਟਾਰਗੇਟਿਡ ਕਿਲਿੰਗ ਕਰਨ ਵਾਲਾ ਲੋਰੈਂਸ ਬਿਸ਼ਨੋਈ ਉਹਦੇ ਇੰਟਰਵਿਊ ਦੇ ਕੇਸ 'ਚ, ਜਿਹਦੇ 'ਚ ਪਹਿਲਾਂ ਇਨਕੁਆਇਰੀ ਨੂੰ ਗੋਲਮੋਲ ਕਰਨ ਦੀ ਕੋਸ਼ਿਸ਼ ਕੀਤੀ ਗਈ, 2 ਮੈਂਬਰੀ ਕਮੇਟੀ ਬਣਾਈ ਭਗਵੰਤ ਮਾਨ ਨੇ ਔਰ ਇਹ ਗੱਲ ਕਹੀ ਕਿ ਇੰਟਰਵਿਊ ਇੱਥੇ ਹੋਈ ਨਹੀਂ, ਫਿਰ ਹਾਈਕੋਰਟ ਆਨਰੇਬਲ ਹਾਈਕੋਰਟ ਨੇ DGP ਪ੍ਰਬੋਧ ਕੁਮਾਰ ਜੀ ਨੂੰ ਇਹ ਡਿਊਟੀ ਦਿੱਤੀ, ਉਹਨਾਂ ਨੇ ਕਿਹਾ ਕਿ ਇੰਟਰਵਿਊ ਇੱਥੇ ਹੋਈ ਖਰੜ 'ਚ ਹੋਈ ਔਰ ਪੁਲਿਸ ਕਸਟਡੀ 'ਚ ਹੋਈ। ਉਸ ਕੇਸ 'ਚ 9-10 ਨੂੰ ਉਹਦੇ 'ਚ ਆਹ ਅਕਤੂਬਰ ਦੇ ਮਹੀਨੇ 'ਚ ਕੈਂਸਲੇਸ਼ਨ ਰਿਪੋਰਟ ਫਾਈਲ ਕਰਤੀ ਹੈ ਲੋਰੈਂਸ ਬਿਸ਼ਨੋਈ ਦੇ ਇਸ ਸਾਰੇ ਮਾਮਲੇ ਨੂੰ ਅਨਟਰੇਸਡ ਔਰ ਉਹ ਕੇਸ ਨੂੰ ਕੈਂਸਲ ਕਰਤਾ। ਤੁਸੀਂ ਹੈਰਾਨ ਹੋਵੋਗੇ, ਸਾਰੀਆਂ ਧਾਰਾਵਾਂ ਹਟਾਤੀਆਂ, 384 ਐਕਸਟੋਰਸ਼ਨ ਨੋਨ ਬੇਲੇਬਲ ਸੀ ਉਹ ਹਟਾਤਾ, ਡਿਸਟਰਕਸ਼ਨ ਆਫ ਐਵੀਡੈਂਸ ਐਵੀਡੈਂਸ ਮਿਟਾਇਣਾ, 201 7 ਸਾਲ ਦੀ ਸਜ਼ਾ ਨੋਨ ਬੇਲੇਬਲ ਉਹ ਹਟਾਤਾ, 202 ਇੰਟੈਂਸ਼ਨਲ ਓਮਿਸ਼ਨ ਟੂ ਗਿਵ ਇਨਫੋਰਮੇਸ਼ਨ ਆਫ ਅਵੈਂਸ ਉਹ ਹਟਾਤਾ, 116
ਪੁਲਿਸ ਤੇ ਲੱਗਦਾ ਸੀਗਾ, ਅਬੈਟਮੈਂਟ ਆਫ ਐਨ ਅਫੈਂਸ ਬਾਏ ਪਬਲਿਕ ਸਰਵੈਂਟ ਉਹ ਹਟਾਤਾ, 120 ਕੌਨਸਪਰੇਸੀ ਉਹ ਹਟਾਤੀ, ਸਿਰਫ ਤੇ ਸਿਰਫ ਇੱਕ ਨਿੱਕਾ ਜਿਹਾ ਨੋਨ ਅਵੇਲੇਬਲ 506 ਦੀ ਕਾਰਵਾਈ ਕਰਕੇ ਛੱਡਤੀ ਹੈ। ਮੈਨੂੰ ਇਹ ਦੱਸੋ ਇਸ ਬੰਦੇ ਦੀ ਐਡੀ ਸ਼ਕਤੀ ਕਾਹਦੀ, ਸਰਕਾਰਾਂ ਇਹ ਚਲਾ ਰਿਹਾ ਫਿਰ, ਮਤਲਬ ਭਗਵੰਤ ਮਾਨ ਨੂੰ ਤਾਂ ਚਲਾਉਣ ਵਾਲਾ ਲਾਰੈਂਸ ਬਿਸ਼ਨੋਈ ਹੋ ਗਿਆ, ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ ਚੋਂ ਬਹਿ ਕੇ ਇੱਥੇ ਮਰਡਰ ਕਰਦੇ ਨਾਲ, ਜਿਹਦੇ ਲਿੰਕ ਪਾਕਿਸਤਾਨ ਨਾਲ ਨੇ, ਜਿਹੜਾ ਇੱਕ ਪਾਕਿਸਤਾਨ ਦੇ ਵੱਡੇ ਗੈਂਗਸਟਰ ਨੂੰ ਵਧਾਈ ਦੇ ਰਿਹਾ ਸੀ, ਜਿਹਦਾ ਅਮਰੀਕਾ ਤੱਕ ਕੈਨੇਡਾ ਤੱਕ ਏਪੀ ਢਿੱਲੋਂ ਤੇ ਘਰ ਦੇ ਬਾਹਰ ਫਾਇਰਿੰਗ ਕਰਾ ਦੇਵੇ, ਜਿਹਦੇ ਕਿੱਡੇ ਕਿੱਡੇ ਆਰੋਪ ਇੰਟਰਨੈਸ਼ਨਲ ਸਰਕਾਰਾਂ ਜਿਹਦੇ ਤੇ ਆਰੋਪ ਲਾ ਰਹੀ ਆ, ਉਹਦੀ ਤੁਸੀਂ ਇਹ ਵੇਖ ਲਓ ਕਿੰਨੀ ਚੱਲਦੀ ਹੈ ਕਿ ਅੱਜ ਉਹਦੇ ਕੇਸ 'ਚ ਅਨਟਰੇਸਡ ਰਿਪੋਰਟ, ਅੱਜ ਉਹਦੇ ਕੇਸ 'ਚ ਉਹਦੇ ਹੱਕ ਦੀ ਗੱਲ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਕੀਤੀ ਹੈ। ਇਸ ਲਈ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਭਾਈ ਇਹ ਸਰਕਾਰ ਤੋਂ ਆਸ ਕੋਈ ਨਾ ਰੱਖਿਓ। ਹੁਣ 10 ਪੁਲਿਸ ਅਫਸਰ ਜਿਨ੍ਹਾਂ ਦੀ ਸ਼ਾਮਤ ਆਉਣੀ ਸੀ ਪਰ ਉਹ ਆ ਨਹੀਂ ਸਕੀ ਜਾਂ ਆਵੇਗੀ ਕਿ ਨਹੀਂ ਆਵੇਗੀ, ਇਸ ਲਈ ਤਾਂ ਦੁਚਿੱਤੀ ਦੇ ਵਿੱਚ ਮਸਲਾ ਹੋ ਗਿਆ। ਹੁਣ ਇੱਥੇ ਇੱਕ ਵਾਰੀ ਫਿਰ ਜ਼ਿਕਰ ਕਰ ਦਿੰਦੇ ਹਾਂ ਕਿ ਕੌਣ ਕੌਣ ਜ਼ਿੰਮੇਵਾਰ ਸੀ। ਉਸ ਵਕਤ ਦੇ ਤਤਕਾਲੀ SSP ਵਿਵੇਕਸ਼ੀਲ ਸੋਨੀ, ਮੋਹਾਲੀ ਦੇ ਜਿਹੜੇ SSP ਸੀ, ਫਿਰ SP ਇਨਵੈਸਟੀਗੇਸ਼ਨ ਆਉਂਦੇ ਨੇ ਅਮਨਦੀਪ ਸਿੰਘ ਬਰਾੜ, ਫਿਰ DSP ਡਿਟੈਕਟਿਵ ਗੁਰਸ਼ੇਰ ਸਿੰਘ ਸੰਧੂ ਅਤੇ CIA ਇੰਚਾਰਜ ਖਰੜ ਇੰਸਪੈਕਟਰ ਸ਼ਿਵ ਕੁਮਾਰ, ਜਿਨ੍ਹਾਂ ਨੂੰ ਪਹਿਲਾਂ ਹੀ ਸ਼ੋਅ ਕੌਜ਼ ਨੋਟਿਸ ਜਾਰੀ ਕੀਤੇ ਜਾ ਚੁੱਕੇ ਨੇ, ਯਾਨੀ ਕਿ ਜਵਾਬ ਉਹਨਾਂ ਤੋਂ ਮੰਗਿਆ ਜਾ ਚੁੱਕਾ ਹੈ। ਹੁਣ ਇਸ ਮਾਮਲੇ ਦੇ ਵਿੱਚ ਹੋਰ ਕੌਣ ਕੌਣ ਸ਼ਾਮਲ ਸੀ? ਇਸ ਦੇ ਵਿੱਚ ਇੱਕ ਕਾਂਸਟੇਬਲ ਸ਼ਾਮਲ ਕੀਤਾ ਗਿਆ ਜਿਸ ਦੇ ਖਿਲਾਫ਼ ਕਾਰਵਾਈ ਹੋਣੀ ਬਣਦੀ ਸੀ, ਓਮ ਪ੍ਰਕਾਸ਼। ਫਿਰ ਇੱਕ ਉੱਥੇ ਨਾਈਟ ਡਿਊਟੀ ਦੇ ਉੱਤੇ ਮੁਨਸ਼ੀ ਸੀ CIA ਖਰੜ ਦੇ ਵਿੱਚ। ਫਿਰ ASI ਮੁਖਤਿਆਰ ਸਿੰਘ ਜਿਹੜਾ ਕਿ ਡਿਊਟੀ ਅਫਸਰ ਸੀ। ਫਿਰ ਸਬ ਇੰਸਪੈਕਟਰ ਰੀਨਾ CIA ਖਰੜ ਦੇ ਵਿੱਚ ਜਿਸ ਦੀ ਡਿਊਟੀ ਸੀ। ਜਗਤਪਾਲ ਸਿੰਘ ਜੰਗੂ, ਸ਼ਗਨਜੀਤ ਸਿੰਘ AGTF ਦੇ ਵਿੱਚ ਕੰਮ ਕਰਨ ਵਾਲਾ ਅਧਿਕਾਰੀ, ਔਰ ਸਮਰ ਵਨੀਤ DSP EOW ਮੋਹਾਲੀ। ਇਹ ਕੁੱਲ ਮਿਲਾ ਕੇ 10 ਪੁਲਿਸ ਅਧਿਕਾਰੀ ਮੁਲਾਜ਼ਮ ਅਤੇ ਅਧਿਕਾਰੀ ਨੇ ਜਿਹੜੇ ਉਹ ਸ਼ਿਕੰਜੇ ਦੇ ਵਿੱਚ ਕਸੇ ਜਾਣੇ ਸੀ। ਹੁਣ ਇੱਥੇ ਵੀ ਸਵਾਲ ਹੋਇਆ ਸੀ ਕਿ ਜਦੋਂ ਕਿਸੇ ਵੱਡੇ ਅਫਸਰ ਦੀ ਗੱਲ ਆਉਂਦੀ ਹੈ, ਵੱਡਾ ਕੇਸ ਹੈ, ਸੀਰੀਅਸ ਕੇਸ ਹੈ, ਉਸ ਇੰਟਰਵਿਊ ਦੇ ਨਾਲ ਪ੍ਰਭਾਵ ਬਹੁਤ ਜ਼ਿਆਦਾ ਪਏ ਨੇ, ਫਰੌਤੀ ਦੀਆਂ ਕਾਲਾਂ ਦੀ ਗਿਣਤੀ ਬਹੁਤ ਵੱਧ ਗਈ ਪੰਜਾਬ ਦੇ ਅੰਦਰ। ਹਾਲਾਂਕਿ ਉਹ ਇੰਟਰਵਿਊ ਨੇਪਰੇ ਚਾੜਿਆ ਗਿਆ ਜਿਹੜਾ ਉਹ ਸਤੰਬਰ 2022 ਦੇ ਵਿੱਚ ਜਿਹੜਾ ਰਿਕਾਰਡ ਹੁੰਦਾ। ਇੱਕ ਇੰਟਰਵਿਊ ਇਨਵੈਸਟੀਗੇਸ਼ਨ 'ਚ ਪਤਾ ਲੱਗਦਾ ਕਿ ਰਾਜਸਥਾਨ 'ਚ ਹੋਇਆ, ਉੱਧਰ ਰਾਜਸਥਾਨ ਸਰਕਾਰ ਦੇ ਵਿੱਚ ਰਾਜਸਥਾਨ ਪੁਲਿਸ ਨੇ ਇਨਵੈਸਟੀਗੇਸ਼ਨ ਆ ਜਿਹੜੀ ਸ਼ੁਰੂ ਕਰ ਦਿੱਤੀ ਹੈ ਹਾਈਕੋਰਟ ਦੀਆਂ ਹਦਾਇਤਾਂ ਤੋਂ ਬਾਅਦ। ਪਰ ਰਾਜਸਥਾਨ ਦੇ ਵਿੱਚ ਹੋਏ ਇੰਟਰਵਿਊ 'ਚੋਂ ਕੀ ਨਿਕਲਦਾ ਹੈ ਉਹ ਬਾਅਦ ਦੀਆਂ ਗੱਲਾਂ ਨੇ। ਪਰ CIA ਖਰੜ ਦੇ ਵਿੱਚ ਹੋਇਆ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਵੱਡੇ ਸਵਾਲ ਜਿੱਥੇ ਖੜ੍ਹੇ ਕਰ ਗਿਆ ਸੀ, ਉੱਥੇ ਹੁਣ ਅਗਲੀ ਜਿਹੜੀ ਉਹਨਾਂ 'ਤੇ ਕਾਰਵਾਈ ਹੋਣੀ ਸੀ ਜਿਹੜੇ ਅਫਸਰਾਂ ਦੇ ਉੱਤੇ, ਉਹ ਨਹੀਂ ਹੋ ਰਹੀ। ਬਚਾਅ ਕੌਣ ਰਿਹਾ ਇਸ ਦੇ ਸਵਾਲ ਉੱਠ ਰਹੇ ਨੇ। ਇਸੇ ਕਰਕੇ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਖੜ੍ਹੇ ਕੀਤੇ ਨੇ ਔਰ ਇਲਜ਼ਾਮ ਬਹੁਤ ਵੱਡੇ ਲਾਏ ਨੇ ਸਰਕਾਰ ਦੇ ਉੱਤੇ, ਔਰ ਇਹ ਵੀ ਕਿਹਾ ਕਿ ਹੋ ਸਕਦਾ ਇਸ ਦਾ ਮੈਨੂੰ ਵੀ ਖਮਿਆਜ਼ਾ ਭੁਗਤਣਾ ਪਵੇ, ਮੈਨੂੰ ਵੀ ਕਾਲਾਂ ਆ ਜਾਣ, ਪਰ ਮੈਂ ਸੱਚ ਬੋਲਣ ਤੋਂ ਹਟਾਂਗਾ ਨਹੀਂ, ਡਰਾਂਗਾ ਨਹੀਂ। ਇਹ ਗੱਲ ਆ ਜਿਹੜੀ ਕਹਿ ਦਿੱਤੀ ਗਈ ਹੈ। ਤਾਂ ਹੁਣ ਇਸੇ ਤਰ੍ਹਾਂ ਵੱਖ ਵੱਖ ਥਾਵਾਂ ਤੋਂ ਇਹ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਇਸ ਮਾਮਲੇ ਦੇ ਵਿੱਚ ਕਿ ਕੌਣ ਕਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਪਾਸੇ ਤਾਂ ਪੁਲਿਸ ਹਾਈਕੋਰਟ 'ਚ ਕਹਿ ਰਹੀ ਹੈ ਕਿ ਅਸੀਂ ਕਾਰਵਾਈ ਕਰਾਂਗੇ, ਦੂਜੇ ਪਾਸੇ ਸਿਰਫ IPC ਦੀ ਧਾਰਾ 506 ਨੂੰ ਛੱਡ ਕੇ ਬਾਕੀ ਸਾਰੀਆਂ ਗੰਭੀਰ ਧਾਰਾਵਾਂ ਨੂੰ ਹਟਾਉਣ ਦੀ ਗੱਲ ਹੋ ਰਹੀ ਹੈ, ਕੈਂਸਲੇਸ਼ਨ ਪਾਈ ਜਾ ਰਹੀ ਹੈ। ਤਾਂ ਹਾਈਕੋਰਟ ਦੇ ਵਿੱਚ ਚਰਚਾ ਇਹ ਵੀ ਹੋ ਰਹੀ ਹੈ ਕਿ ਇਹ ਕਿਵੇਂ ਹਿੰਮਤ ਕੀਤੀ ਪੰਜਾਬ ਪੁਲਿਸ ਨੇ ਕਿ ਕੈਂਸਲੇਸ਼ਨ ਰਿਪੋਰਟ ਆ ਜਿਹੜੀ ਉਹ ਫਾਈਲ ਕੀਤੀ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਹੁਣ ਪਬਲਿਕ ਡੋਮੇਨ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ, ਇੱਥੋਂ ਤੱਕ ਕਿ ਲਾਰੈਂਸ ਬਿਸ਼ਨੋਈ ਵਾਲੇ ਇੰਟਰਵਿਊ ਮਾਮਲੇ ਦੇ ਵਿੱਚ ਜਿਹੜੀ ਇਹ ਪੰਜਾਬ ਪੁਲਿਸ ਦਾ ਕਾਰਨਾਮਾ, ਇਸ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਕਿ ਇਹ ਵੱਡਾ ਨੈਕਸਿਸ ਆ ਜਿਹੜਾ
ਉਹ ਪਰਦਾਫਾਸ਼ ਹੋ ਰਿਹਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ, ਹੈਸ਼ਟੈਗ ਗੈਂਗਸਟਰ ਵੀ ਪਾਇਆ, ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਅਤੇ ਬਾਬਾ ਸਦੀਕੀ ਜਿਹੜਾ ਹੈ ਉਸ ਦਾ ਜਿਹੜਾ ਮਰਡਰ ਕਰਾਉਣ ਵਾਲਿਆਂ ਦੇ ਵਿੱਚ ਜਿਹੜੇ ਗੈਂਗਸਟਰ ਨੇ, ਜਿਹੜਾ ਗਰੁੱਪ ਹੈ, ਜਿਹੜਾ ਗੈਂਗ ਹੈ, ਖਾਸ ਕਰਕੇ ਲਾਰੈਂਸ ਬਿਸ਼ਨੋਈ, ਉਸ ਨੂੰ ਕਿਵੇਂ ਕਲੀਨ ਚਿੱਟ ਆਮ ਆਦਮੀ ਪਾਰਟੀ ਦੀ ਸਰਕਾਰ ਦੇਣਾ ਚਾਹੁੰਦੀ ਹੈ। ਔਰ ਇਹ ਸਾਰਾ ਕੁਛ ਹੋਮ ਮਿਨਿਸਟਰੀ ਦੇਖ ਰਹੀ ਹੈ, ਸਾਰਾ ਕੁਛ ਸੀਐਮ ਆਫਿਸ ਤੋਂ ਵਾਚਿਆ ਜਾ ਰਿਹਾ, ਫਿਰ ਵੀ ਅਨਟਰੇਸਡ ਅਤੇ ਕੈਂਸਲੇਸ਼ਨ ਰਿਪੋਰਟ ਆ ਜਿਹੜੀ ਉਹ ਫਾਈਲ ਕੀਤੀ ਜਾਵੇ, ਇਹ ਬਹੁਤ ਹੈਰਾਨੀ ਵਾਲੀ ਗੱਲ ਹੈ। ਤਾਂ ਇਸੇ ਤਰ੍ਹਾਂ ਹੀ ਇਸ ਮਾਮਲੇ ਦੇ ਵਿੱਚ ਪੁਲਿਸ ਕਸਟੱਡੀ ਦੇ ਵਿੱਚ ਹੋਇਆ ਇੰਟਰਵਿਊ ਵੱਡੇ ਸਵਾਲ ਖੜ੍ਹੇ ਕਰ ਗਿਆ, ਹਾਲਾਂਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕਈ ਮੰਤਰੀ ਦਲੀਲ ਦਿੰਦੇ ਆ। ਜਦੋਂ ਵਿਧਾਨ ਸਭਾ ਦੇ ਵਿੱਚ ਵੀ ਘੇਰਿਆ ਗਿਆ, ਪੁੱਛਿਆ ਗਿਆ, ਅਤੇ ਮੰਤਰੀ ਹਰਪਾਲ ਸਿੰਘ ਚੀਮਾ ਬੋਲੇ ਸਨ ਭੱਜ ਕੇ ਉੱਠ ਕੇ ਕਿ ਇਹ ਤਾਂ ਮਾਮਲਾ ਸਭ ਜੁਡੀਸ ਹੈ, ਹਾਲਾਂਕਿ ਹਾਈ ਕੋਰਟ ਦੇ ਵਿੱਚ ਮਾਮਲਾ ਇਸ ਵਿੱਚ ਕੋਈ ਦੋ ਰਾਏ ਨਹੀਂ, ਪਰ ਹਾਈ ਕੋਰਟ ਤਾਂ ਕਹਿ ਰਹੀ ਹੈ ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਨੂੰ ਕਿ ਕਾਰਵਾਈ ਕਰੋ, ਤਾਂ ਪੰਜਾਬ ਪੁਲਿਸ ਦੇ ਜਾਂ ਸਰਕਾਰ ਦੇ ਹੱਥ ਨਹੀਂ ਬੰਨੇ ਹੋਏ ਇਸ ਕੇਸ ਦੇ ਵਿੱਚ, ਤਾਂ ਫਿਰ ਕਾਰਵਾਈ ਕਰਨ ਦੀ ਬਜਾਏ ਦੋਹਰੇ ਮਾਪਦੰਡ ਕਿਉਂ ਕੀਤੇ ਜਾ ਰਹੇ ਨੇ। ਹਾਈ ਕੋਰਟ ਦੇ ਵਿੱਚ ਕੁਝ ਕਿਹਾ ਜਾ ਰਿਹਾ ਕਿ ਕਾਰਵਾਈ ਕਰਾਂਗੇ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ਼, ਪਰ ਇੱਕ ਪਾਸੇ ਬਚਾਉਣ ਦੀ ਖਾਤਰ ਉਹਨਾਂ ਪੁਲਿਸ ਅਫਸਰਾਂ ਨੂੰ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਜਾ ਰਹੀ ਹੈ। ਤਾਂ ਇਹ ਕਿੱਥੋਂ ਦਾ ਇਨਸਾਫ਼ ਹੈ ਅਤੇ ਕਿਵੇਂ ਮਿਲੇਗਾ ਇਸ ਦੇ ਵਿੱਚ, ਇਹ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ। ਅਤੇ ਇਸ ਦੇ ਬਾਰੇ ਅਸੀਂ ਤੁਹਾਡੇ ਨਾਲ ਮੋਟੀ ਜਿਹੀ ਜਾਣਕਾਰੀ ਸਾਂਝੀ ਕੀਤੀ ਹੈ, ਇਸ ਦੇ ਉੱਤੇ ਸਾਡੀ ਨਜ਼ਰ ਬਣੀ ਰਹੇਗੀ। ਜੋ ਵੀ ਕਾਰਵਾਈ ਸਾਹਮਣੇ ਆਉਂਦੀ ਹੈ ਹਾਈ ਕੋਰਟ ਦੇ ਵਿੱਚ ਅਗਲੀ ਸੁਣਵਾਈ ਦੇ ਦੌਰਾਨ, ਉਹ ਵੀ ਅਸੀਂ ਜਾਣਕਾਰੀ ਸਾਂਝੀ ਕਰਾਂਗੇ। ਪਰ ਇੱਥੇ ਹੈਰਾਨੀ ਦੀ ਗੱਲ ਹੈ, ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠ ਰਹੇ ਨੇ ਕਿ ਇੱਕ ਪਾਸੇ ਤਾਂ ਸਿੱਟ ਨੇ ਪਰਦਾਫਾਸ਼ ਕੀਤਾ ਕਿ ਹਾਂ ਇਹ ਪੁਲਿਸ ਅਫਸਰ ਇਨਵੋਲਵ ਸਨ ਇੰਟਰਵਿਊ ਕਰਾਉਣ ਦੇ ਵਿੱਚ। ਪਹਿਲਾਂ ਤਾਂ ਪੰਜਾਬ ਦੇ DGP ਜਿਹੜੇ ਕਾਰਜਕਾਰੀ DGP ਨੇ ਗੌਰਵ ਯਾਦਵ, ਮੰਨਣ ਨੂੰ ਹੀ ਤਿਆਰ ਨਹੀਂ ਸੀ ਕਿ ਇੰਟਰਵਿਊ ਇੱਥੇ ਹੋਇਆ, ਪੰਜਾਬ ਦੇ ਅੰਦਰ ਹੋਇਆ। ਬਾਅਦ ਵਿੱਚ ਉਹ ਪਤਾ ਲੱਗਦਾ ਕਿ CIA ਖਰੜ ਦੇ ਵਿੱਚ ਹੋਇਆ, ਤਾਂ ਫਿਰ ਜਦੋਂ ਇਹ ਪਤਾ ਲੱਗ ਗਿਆ ਤਾਂ ਹੁਣ ਜਿਹੜੀ ਕਾਰਵਾਈ ਕਰਨੀ ਬਣਦੀ ਹੈ ਇਸ ਦੇ ਉੱਤੇ, ਨਾ ਹੀ ਪੰਜਾਬ ਪੁਲਿਸ ਦੇ DGP ਦਾ ਹੁਣ ਤੱਕ ਕੋਈ ਬਿਆਨ ਆਇਆ, ਅਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਆਇਆ। ਔਰ ਇੱਥੋਂ ਤੱਕ ਕਿ ਜਿਹੜੇ ਮੰਤਰੀਆਂ ਨੇ ਦਲੀਲਾਂ ਦਿੱਤੀਆਂ ਨੇ ਉਹ ਬੜੀਆਂ ਹਲਕੀਆਂ ਅਤੇ ਖੋਖਲੀਆਂ ਦਿੱਤੀਆਂ ਨੇ ਕਿ ਮਾਮਲਾ ਸਭ ਜੁਡੀਸ ਹੈ। ਤਾਂ ਮਾਮਲਾ ਸਭ ਜੁਡੀਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਪੁਲਿਸ ਉਸ ਦੇ ਉੱਤੇ ਕਾਰਵਾਈ ਨਹੀਂ ਕਰ ਸਕਦੀ, ਹਾਲਾਂਕਿ ਕਾਰਵਾਈ ਕਰਨ ਦਾ ਭਰੋਸਾ ਤਾਂ ਦਵਾਇਆ ਜਾ ਰਿਹਾ, ਪਰ ਇਸ ਤੋਂ ਇਲਾਵਾ ਅਮਲੀ ਰੂਪ ਦੇ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਪਤਾ ਲੱਗਿਆ ਕਿ ਜਿਹੜੇ ਉਹ ਦਾਗੀ ਅਫਸਰ ਇਸ ਕੇਸ ਦੇ ਵਿੱਚ ਨੇ ਜਾਂ ਫਿਰ ਇਸ ਕੇਸ ਦੇ ਵਿੱਚ ਦੋਸ਼ੀ ਪਾਏ ਗਏ ਨੇ ਸਿੱਟ ਦੀ ਰਿਪੋਰਟ 'ਚ, ਉਹਨਾਂ ਨੂੰ ਪਬਲਿਕ ਡੀਲਿੰਗ ਤੋਂ ਹਟਾਉਣ ਦੀ ਜਿਹੜੀ ਗੱਲ ਜ਼ਰੂਰ ਕੀਤੀ ਜਾ ਰਹੀ ਹੈ, ਦਾਅਵਾ ਕੀਤਾ ਜਾ ਰਿਹਾ। ਹਾਲਾਂਕਿ ਇਕੱਲੀਆਂ ਬਦਲੀਆਂ ਕਰ ਦੇਣੀਆਂ ਜਾਂ ਇਸ ਤੋਂ ਇਲਾਵਾ ਹਲਕੀ ਫੁਲਕੀ ਕਾਰਵਾਈ ਕਰ ਦੇਣੀ, ਲਾਈਨ ਹਾਜ਼ਰ ਕਰ ਲੈਣਾ, ਇਹ ਬਹੁਤ ਛੋਟੇ ਕੇਸਾਂ ਦੇ ਵਿੱਚ ਹੁੰਦਾ, ਪਰ ਇੰਨੇ ਵੱਡੇ ਸੀਰੀਅਸ ਕੇਸ ਦੇ ਵਿੱਚ ਪੁਲਿਸ ਦੀ ਜਿਹੜੀ ਇਹ ਚਲਾਕੀ ਨਜ਼ਰ ਆ ਰਹੀ ਹੈ, ਇਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ। ਇਸੇ ਕਰਕੇ ਵਿਰੋਧੀਆਂ ਨੇ ਸਵਾਲ ਖੜ੍ਹੇ ਕੀਤੇ ਨੇ ਕਿ ਪੁਲਿਸ ਅਤੇ ਸਰਕਾਰ ਕਰਨਾ ਕੀ ਚਾਹੁੰਦੀ ਹੈ, ਕਿ ਲਾਰੈਂਸ ਬਿਸ਼ਨੋਈ ਤੋਂ ਡਰਦੀ ਹੈ ਜਾਂ ਲਾਰੈਂਸ ਬਿਸ਼ਨੋਈ ਸਰਕਾਰ ਦੇ ਨਾਲੋਂ ਵੱਡਾ ਹੋ ਗਿਆ। ਇਹ ਸਵਾਲਾਂ ਦੇ ਜਵਾਬ ਮੰਗੇ ਜਾ ਰਹੇ ਨੇ, ਹਾਲਾਂਕਿ ਸਰਕਾਰ ਨੇ ਹਾਲੇ ਤੱਕ ਕੋਈ ਪਬਲਿਕਲੀ ਆ ਕੇ ਜਵਾਬ ਨਹੀਂ ਦਿੱਤਾ। ਹਾਲਾਂਕਿ ਛੋਟੀ ਛੋਟੀ ਗੱਲ ਦੇ ਉੱਤੇ ਬਹੁਤ ਸਾਰੀ ਪ੍ਰੈਸ ਕਾਨਫਰੰਸ ਹੋ ਜਾਂਦੀਆਂ ਨੇ, ਛੋਟੇ ਛੋਟੇ ਇਵੈਂਟ ਵੱਡੇ ਵੱਡੇ ਇਵੈਂਟਸ ਦੇ ਵਿੱਚ ਬਦਲ ਜਾਂਦੇ ਨੇ, ਪਰ ਇੰਨੇ ਵੱਡੇ ਕੇਸ ਦੇ ਵਿੱਚ ਹਾਲੇ ਤੱਕ ਖੁੱਲ੍ਹ ਕੇ ਸਰਕਾਰ ਦੇ ਵੱਲੋਂ ਕੋਈ ਵੀ ਗੱਲ ਨਹੀਂ ਦੱਸੀ ਗਈ, ਨਾ ਹੀ ਕੋਈ ਸਪਸ਼ਟੀਕਰਨ ਦਿੱਤਾ ਗਿਆ, ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੁਲਾਰੇ ਵੱਲੋਂ ਅਤੇ ਨਾ ਹੀ ਵੱਡੇ ਆਗੂਆਂ ਦੇ ਵੱਲੋਂ। ਹੁਣ ਦੇਖਦੇ ਹਾਂ ਕਿ ਇਸ ਕੇਸ ਦੇ ਵਿੱਚ ਹੋਰ ਕੀ ਕੋਈ ਦੇਖਣ ਨੂੰ ਮਿਲ ਸਕਦਾ। ਫਿਲਹਾਲ ਜਿਸ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਨੇ ਉਸ ਤੋਂ ਇੱਕ ਗੱਲ ਸਪਸ਼ਟ ਜਾਪ ਰਹੀ ਹੈ ਕਿ ਇਸ ਦੇ ਵਿੱਚ ਸ਼ਾਇਦ ਪੰਜਾਬ ਪੁਲਿਸ ਸਖਤੀ ਦੇ ਨਾਲ ਆਪਣੇ ਅਫਸਰਾਂ ਦੇ ਖਿਲਾਫ਼ ਕਾਰਵਾਈ ਕਰਨ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ। ਜਿਵੇਂ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।